ਆਮ ਆਦਮੀ ਪਾਰਟੀ 'ਚ ਗੋਲਡੀ ਐਵੇਂ ਨਹੀਂ ਗਿਆ, ਇਹ ਬੰਬ ਮਰੋੜ ਕੇ ਲਿਆਂਦਾ ਗਿਆ। ਮੈਂ ਪਾਰਟੀ ਛੱਡੀ ਨਹੀਂ, ਮੈਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ। ਸੋ ਟਿਕਟ ਦਾ ਇੱਥੇ ਮਸਲਾ ਨਹੀਂ ਸੀ, ਬਗਾਵਤ ਦਾ ਮਸਲਾ ਸੀ। ਕਾਂਗਰਸ ਇਸ ਨੂੰ ਗੱਦਾਰੀ ਕਹਿ ਰਹੀ। ਮੈਂ ਹਮੇਸ਼ਾ ਬਗਾਵਤੀ ਰਾਹ 'ਤੇ ਹੀ ਰਿਹਾ, ਮੈਂ ਬਗਾਵਤ ਹੀ ਕਰਨਾ ਜਾਣਦਾ। ਦਲਵੀਰ ਗੋਲਡੀ ਇੱਕ ਅਜਿਹੀ ਫੈਮਿਲੀ ਤੋਂ ਆਉਂਦਾ ਹੈ ਜਿਨ੍ਹਾਂ ਦੇ ਪਿਤਾ ਜੀ ਇੱਕ ਮਹਿਕਮੇ ਦੇ ਵਿੱਚ ਇੰਸਪੈਕਟਰ ਦੀ ਨੌਕਰੀ ਕਰਦੇ ਸੀ। ਕਾਂਗਰਸ ਨੇ ਉਹਨਾਂ ਨੂੰ ਮੌਕਾ ਦਿੱਤਾ, ਅੱਜ ਉਹ ਕਾਂਗਰਸ ਨੂੰ ਗੱਲਾਂ ਸੁਣਾ ਰਿਹਾ, ਪਾਰਟੀ ਛੱਡ ਕੇ ਲੰਘ ਗਿਆ। ਮੇਰਾ ਬਾਪ ਮੇਰੇ ਲਈ ਰੱਬ ਆ, ਪਾਰਟੀਆਂ ਮੈਟਰ ਨਹੀਂ ਕਰਦੀਆਂ। ਜਿਹੜੀ 20 ਸਾਲ ਜਿਨ੍ਹਾਂ ਲਈ ਮੈਂ ਕੰਮ ਕਰਿਆ ਉਹ ਮੈਨੂੰ ਅੱਜ ਖੱਚਰ ਦੱਸਦੇ ਨੇ, ਉਹਨਾਂ ਨੂੰ 20 ਸਾਲ ਨਹੀਂ ਸੀ ਪਤਾ ਤੁਹਾਡਾ ਬਾਪ ਛੋਟੀ ਨੌਕਰੀ ਕਰਦਾ, ਕਿ ਉਹ ਬੰਦਾ ਨਹੀਂ, ਉਹਨੇ ਮੈਨੂੰ ਪੜ੍ਹਾਇਆ ਲਿਖਾਇਆ ਨਹੀਂ। ਇਹ ਗੱਲ ਹਰਟ ਕੀਤੀ ਕਿ ਤੁਹਾਡੇ ਫਾਦਰ ਦਾ ਜ਼ਿਕਰ? ਕਮਾਲ ਆ, ਮੇਰੇ ਲਈ ਸਭ ਤੋਂ ਵੱਡੀ ਗੱਲ ਹੈ ਹੀ ਮੇਰਾ ਬਾਪ ਆ। ਇਹ ਕੌਣ ਨੇ ਮੇਰੇ ਬਾਪ ਬਾਰੇ ਬੋਲਣ ਵਾਲੇ?